24 ਆ 24 ਮਾ ਲੱਗਾ ਹੀ ਆ ਹਲੇ ਕਿੰਨੀ ਪੜਾਈ ਕੀਤੀ ਜੀ 10 ਅੱਛਾ ਜੀ ਕੀ ਚਿੱਟਾ ਕਰਦੇ ਹੁੰਦੇ ਸੀ ਚਿੱਟਾ ਜਦ ਮਿਲਦਾ ਚਿੱਟਾ ਵਿਕਦਾ ਚਿੱਟਾ ਪੰਜਾਬ ਦੇ ਵਿੱਚ ਤੁਹਾਨੂੰ ਚਿੱਟਾ ਹੀ ਪੀਣਾ ਸਾਰੇ ਦੁਨੀਆ ਦੇ ਮੁੰਡਿਆਂ ਨੂੰ ਮਾਰ ਦਿੱਤਾ ਚਿੱਟੇ ਨੇ ਭਗਵੰਤ ਮਾਨ ਨੇ ਕੀ ਕੀਤਾ ਜੇ ਕੋਈ ਹਟਾਉਣ ਵਾਲਾ ਸੀ ਅੰਮ੍ਰਿਤਪਾਲ ਉਹਨੂੰ ਤਾਂ ਅੰਦਰ ਕਰ ਦਿੱਤਾ ਇਹ ਆਪ ਹੀ ਵਕਾਂਦੇ ਵੱਡੀਆਂ ਮੱਛੀਆਂ ਨੂੰ ਕਿਉਂ ਨਹੀਂ ਫੜਦੇ ਛੋਟੇ ਛੋਟੇ ਨੂੰ ਕਾਹਤੋਂ ਕਰਦੇ ਆ ਇਹ ਜਦੋਂ ਪਹਿਲਾਂ ਕੇਸ ਹੋਇਆ ਉਸ ਤੋਂ ਬਾਅਦ ਮੈਂ ਚਲ ਗਈ ਸੀ ਮੈਂ ਪਹਿਲਾਂ ਕਿ ਪਹਿਲਾਂ ਕੇਸ ਹੋ ਗਿਆ ਸੀ ਉਹਦਾ ਚਿੱਟਾ ਪੀਣ ਲੱਗ ਪਿਆ ਸੀ ਉਹਦਾ ਦਿਮਾਗ ਥੋੜ੍ਹਾ ਜਿਹਾ ਹੋ ਗਿਆ ਸੀ ਪਹਿਲਾਂ ਮੈਂ ਚਲ ਗਈ ਸੀ ਉਹ ਤੋਂ ਦੂਰ ਹੋ ਗਈ ਸੀ ਪਹਿਲਾਂ ਬਾਮਨ ਦੇ ਨਾਲ ਹੀ ਸੀਗਾ ਫਸਿਆ ਪਿਆ ਉਦਾਂ ਹੀ ਵਿਚਾਰਾ ਉਹਦੇ ਵੀ ਘਰ ਹੀ ਸੀਗਾ ਘਰ ਖੜਾ ਵਾ ਅਟੈਕ ਹੋ ਗਿਆ ਸੀ ਉਹਨੂੰ ਵੀ ਮੈਨੂੰ ਵੀ ਪਤਾ ਨਹੀਂ ਕੀ ਹੋਇਆ ਬਸ ਕੁਛ ਸਮਝ ਹੀ ਨਹੀਂ ਆਉਂਦੀ ਮੈਂ ਬਸ ਕਰੋ ਭਾਈ ਬਸ ਕਰੋ ਠੀਕ ਚਲ ਵੀਰ ਅੱਛੀ ਤੁਹਾਡੇ ਮੁੰਡੇ ਦੀ 200 ਦੀਦੀ ਤੁਸੀਂ 24 ਸਾ 24 ਮਾ ਲੱਗਾ ਹੀ ਆ ਹਲੇ ਕਿੰਨੀ ਪੜਾਈ ਕੀਤੀ ਸੀ 10 ਅੱਛਾ ਜੀ ਕੀ ਚਿੱਟਾ ਕਰਦੇ ਹੁੰਦੇ ਸੀ ਚਿੱਟਾ ਜਦ ਮਿਲਦਾ ਚਿੱਟਾ ਵਿਕਦਾ ਚਿੱਟਾ ਪੰਜਾਬ ਦੇ ਵਿੱਚ ਤੁਹਾਨੂੰ ਚਿੱਟਾ ਹੀ ਪੀਣਾ ਸਾਰੇ ਦੁਨੀਆ ਦੇ ਮੁੰਡਿਆਂ ਨੂੰ ਮਾਰ ਦਿੱਤਾ ਚਿੱਟੇ ਨੇ ਭਗਵੰਤ ਮਾਨ ਨੇ ਕੀ ਕੀਤਾ ਜੇ ਕੋਈ ਹਟਾਉਣ ਵਾਲਾ ਸੀ ਅੰਮ੍ਰਿਤਪਾਲ ਉਹਨੂੰ ਤਾਂ ਅੰਦਰ ਕਰ ਦਿੱਤਾ ਇਹ ਆਪ ਹੀ ਵਕਾਂਦੇ ਵੱਡੀਆਂ ਮੱਛੀਆਂ ਨੂੰ ਕਿਉਂ ਨਹੀਂ ਫੜਦੇ ਛੋਟੇ ਛੋਟੇ ਨੂੰ ਕਾਹਤੋਂ ਕਰਦੇ ਆ ਇਹ ਜਦੋਂ ਪਹਿਲਾਂ ਕੇਸ ਹੋਇਆ ਉਸ ਤੋਂ ਬਾਅਦ ਮੈਂ ਚਲ ਗਈ ਸੀ ਮੈਂ ਪਹਿਲਾਂ ਕਿ ਪਹਿਲਾਂ ਕੇਸ ਹੋ ਗਿਆ ਸੀ ਉਹਦਾ ਚਿੱਟਾ ਪੀਣ ਲੱਗ ਪਿਆ ਸੀ ਉਹਦਾ ਦਿਮਾਗ ਥੋੜ੍ਹਾ ਜਿਹਾ ਹੋ ਗਿਆ ਸੀ ਪਹਿਲਾਂ ਮੈਂ ਚਲ ਗਈ ਸੀ ਉਹ ਤੋਂ ਦੂਰ ਹੋ ਗਈ ਸੀ ਪਹਿਲਾਂ ਬਾਮਨ ਦੇ ਨਾਲ ਹੀ ਸੀਗਾ ਫਸਿਆ ਪਿਆ ਉਦਾਂ ਹੀ ਵਿਚਾਰਾ ਉਹਦੇ ਵੀ ਘਰ ਹੀ ਸੀਗਾ ਘਰ ਖੜਾ ਵਾ ਅਟੈਕ ਹੋ ਗਿਆ ਸੀ ਉਹਨੂੰ ਵੀ ਮੈਨੂੰ ਵੀ ਪਤਾ ਨਹੀਂ ਕੀ ਹੋਇਆ ਬਸ ਕੁਛ ਸਮਝ ਹੀ ਨਹੀਂ ਆਉਂਦੀ ਮੈਂ ਬਸ ਕਰੋ ਭਾਈ ਬਸ ਕਰੋ ਚਲੋ ਵੀਰੇ